ਭਗਵਾਨ ਵਾਲਮੀਕਿ ਜੀ ਮਹਾਰਾਜ ਕੀ ਜੈ। ਸਾਹਿਬ ਸਤਿਗੁਰੂ ਗੁਰੂ ਗਿਆਨ ਨਾਥ ਜੀ ਮਹਾਰਾਜ ਕੀ ਜੈ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਕਲਯੁਗੀ ਜੀਵਾਂ ਨੂੰ ਤਾਰਦੇ ਹੋਏ ਮਹਾਰਾਜ ਜੀ ਪਾਵਨ ਵਾਲਮੀਕਿ ਤੀਰਥ ਤੋਂ ਸਤਿਗੁਰਾਂ ਨੇ ਚਾਲੇ ਪਾਏ ਨੇ, ਜ਼ਿਲ੍ਹਾ ਤਰਨ ਤਾਰਨ ਪਿੰਡ ਭਰੋਵਾਲ ਵਿੱਚ ਪਹੁੰਚੇ ਨੇ ਸਾਧ ਸੰਗਤ ਜੀ। ਸ਼ਾਮ ਪਈ, ਸੰਧਿਆ ਦਾ ਸਮਾਂ ਹੋਇਆ, ਮਹਾਰਾਜ ਜੀ ਨੇ ਜਿਸ ਜਗ੍ਹਾ ਨੂੰ ਆਪਾਂ ਬਾਲੇ ਸ਼ਾਹ ਕਰਕੇ ਮੰਨਿਆ ਕਰਦੇ ਸਨ ਸਾਧ ਸੰਗਤ ਜੀ, ਉਸ ਜਗ੍ਹਾ 'ਤੇ ਹਜ਼ੂਰ ਨੇ ਪਾਵਨ ਕੀਰਤਨ ਦਰਬਾਰ ਸਜਾਇਆ। ਗੁਰੂ ਮਹਾਰਾਜ ਜੀ ਦਾ ਵੱਡਾ ਵੀਰ ਗੌਰਾ ਭਗਤ ਜੀ ਜਿਸ ਵੇਲੇ ਤਬਲੇ 'ਤੇ ਗੌਰੇ ਭਗਤ ਨੇ ਸਾਹ ਦਿੱਤਾ, ਗੁਰੂ ਮਹਾਰਾਜ ਜੀ ਨੇ ਅਲਾਪ ਲਾਇਆ ਬਹੁਤ ਹੀ ਮਿੱਠੀ ਸੁਰ ਦੇ ਨਾਲ। ਸੰਗਤਾਂ ਨੂੰ ਪਾਵਨ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਹਰ ਜਸ ਕੀਰਤਨ ਦੇ ਨਾਲ ਜੋੜਿਆ ਸਾਧ ਸੰਗਤ ਜੀ। ਜਿਸ ਘਰ ਵਿੱਚ ਲਵੇਰੇ ਸਨ, ਮਾਈਆਂ ਨੇ ਦੁੱਧ ਲਿਆਉਣਾ ਸ਼ੁਰੂ ਕਰ ਦਿੱਤਾ, ਆਟਾ ਚੌਲ ਦਾਲਾਂ। ਮਹਾਰਾਜ ਜੀ ਦੀ ਐਸੀ ਅਪਾਰ ਕਿਰਪਾ ਹੋਈ ਸਾਧ ਸੰਗਤ ਜੀ, ਜਿਨ੍ਹਾਂ ਗਰੀਬਾਂ ਘਰਾਂ ਵਿੱਚ ਜਾ ਕੇ ਮਹਾਰਾਜ ਜੀ ਨੇ ਆਸਣ ਲਾਏ ਸਨ, ਉੱਥੇ ਸਾਧ ਸੰਗਤ ਜੀ ਲੰਗਰ ਚੱਲਣੇ ਸ਼ੁਰੂ ਹੋ ਗਏ। ਇੱਕ ਬੀਬੀ ਬਹੁਤ ਹੀ ਨਿਰਾਸ਼ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕਰਨ ਵਾਸਤੇ ਆਈ ਹੈ, ਹੇ ਮਹਾਰਾਜ ਮੇਰੇ ਘਰ ਵਿੱਚ ਵੀ ਬਾਲ ਖੇਡਣਾ ਚਾਹੀਦਾ ਹੈ। ਮਹਾਰਾਜ ਜੀ ਅੱਗੇ ਬੇਨਤੀ ਕੀਤੀ, ਸਿਰ ਚਰਨਾਂ 'ਤੇ ਧਰਿਆ ਸਾਧ ਸੰਗਤ ਜੀ। ਮਹਾਰਾਜ ਜੀ ਨੇ ਸਿਰ 'ਤੇ ਹੱਥ ਰੱਖਿਆ, ਪੁੱਛਿਆ, ਪੁੱਤਰ ਤੇਰਾ ਨਾਮ ਗੱਗੋ ਹੈ? ਕਹਿਣ ਲੱਗੀ, ਮਹਾਰਾਜ ਜੀ ਮੇਰੀ ਝੋਲੀ ਸੱਖਣੀ ਹੈ। ਮਹਾਰਾਜ ਜੀ ਕਹਿਣ ਲੱਗੇ, ਪੁੱਤਰ ਤੇਰਾ ਨਾਮ ਅੱਜ ਤੋਂ ਗੱਗੋ ਨਹੀਂ ਹੈ, ਤੇਰਾ ਨਾਮ ਗੰਗਾ ਹੋਵੇਗਾ। ਤੇਰੇ ਘਰ ਵਿੱਚ ਪੰਜ ਪੁੱਤਰਾਂ ਦੀ ਦਾਤ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਖਸ਼ਿਸ਼ ਹੋਈ ਹੈ। ਮਹਾਰਾਜ ਜੀ ਗਰੀਬਾਂ ਦਿਆਂ ਘਰਾਂ ਵਿੱਚ ਜਾਇਆ ਕਰਦੇ ਸਨ, ਜਾ ਕੇ ਮਹਾਰਾਜ ਜੀ ਬੋਝੇ 'ਚੋਂ ਪੈਸੇ ਦੇਣੇ, ਲਓ ਬੀਬੀ ਭੋਜਨ ਤਿਆਰ ਕਰੋ, ਬੱਚਿਆਂ ਨੂੰ ਛਕਾਓ ਅਤੇ ਉਪਰੰਤ ਸਾਨੂੰ ਵੀ ਛਕਾਓ। ਇਹ ਚੋਜ ਨੇ ਸਤਿਗੁਰੂ ਮਹਾਰਾਜ ਜੀ ਦੇ ਚੌਂ ਯੁੱਗਾਂ ਤੋਂ ਉਪਰੰਤ ਮਹਾਰਾਜ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਸਾਧ ਸੰਗਤ ਜੀ ਸਾਨੂੰ ਜੋੜਨ ਆਏ ਸਨ। ਬੜੀ ਹੀ ਅਪਾਰ ਕਿਰਪਾ ਹੋਈ ਗੁਰੂ ਪਿਆਰਿਓ, ਅਨੇਕਾਂ ਕੌਤਕ ਨੇ ਗੁਰੂ ਮਹਾਰਾਜ ਜੀ ਦੇ ਜਿਹੜੇ ਗਿਣੇ ਨਹੀਂ ਜਾ ਸਕਦੇ ਸਾਧ ਸੰਗਤ ਜੀ। ਇਸੇ ਤਰ੍ਹਾਂ ਸਾਧ ਸੰਗਤ ਜੀ ਆਪ ਜੀ ਦੀ ਝੋਲੀ ਵਿੱਚ ਸਤਿਗੁਰਾਂ ਦਾ ਪਾਵਨ ਇਤਿਹਾਸ, ਅਕਥ ਕਥਾ ਜਿਹਦਾ ਕੋਈ ਸਾਧ ਸੰਗਤ ਜੀ ਅੰਤ ਨਹੀਂ ਹੈ, ਉਹਨਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਇਹ ਸ਼ਬਦ ਰਚਨਾ ਆਪ ਜੀ ਦੀ ਝੋਲੀ ਵਿੱਚ ਪਾ ਰਹੇ ਹਾਂ। ਗੁਰੂ ਗਿਆਨ ਨਾਥ ਜੀ ਗਿਆਨ ਬਣ ਆ ਗਿਆ, ਗਰੀਬਾਂ ਦੀਆਂ ਕੁੱਲੀਆਂ ਨੂੰ ਭਾਗ ਲਾਉਣ ਆ ਗਿਆ। ਹੱਥ ਵਿੱਚ ਖੂੰਡੀ ਮੋਟੇ ਖੇਸੀ ਜੰਮੀ ਡਾਰਿਆ,
आगे।